ਬਿੱਟੂ ਵੀਰ ਜੀ ਨੇ ਤਾਂ ਆਪਦੇ ਦਾਦਾ ਜੀ ਦੀ ਫੋਟੋ ਹੀ ਉਡਾਤੀ ਸੀ ਪੋਸਟਰ 'ਚੋਂ, ਅੱਜ ਫਿਰ ਦਾਦਾ ਜੀ ਦਾ ਨਾਮ ਯਾਦ ਆ ਗਿਆ। ਦੇਖੋ ਕਦੀ ਪਾਰਟੀਆਂ ਨੂੰ ਵਰਤਣਾ, ਆਪਦੇ ਦਾਦੇ ਨੂੰ ਵੀ ਵਰਤਣ ਲੱਗ ਪਏ ਲੋਕ ਵੋਟਾਂ ਪਿੱਛੇ, ਪਤਾ ਨਹੀਂ ਕਿਸ ਤਰ੍ਹਾਂ ਦਾ ਜ਼ਮੀਰ ਮਰਿਆ ਪਿਆ ਲੋਕਾਂ ਦਾ। ਦੇਖੋ ਉਜਵਲਾ ਸਕੀਮ ਦੇ ਵਿੱਚ ਮੋਦੀ ਜੀ ਇਹ ਕਹਿ ਰਹੇ ਹੈ ਕਿ ਮੈਂ ਸਿਲੰਡਰ ਦਿੱਤੇ, ਮੈਂ ਘਰ ਘਰ ਵਿੱਚ ਸਿਲੰਡਰ ਪਹੁੰਚਾਇਆ। ਆਹ ਹੁਣ ਪਿੱਛੇ ਜੇ ਵੀ ਇਹਨਾਂ ਨੇ ਚੋਣ ਜਾਬਤਾ ਲੱਗਣ 'ਤੇ ਨੇੜੇ ਵੀ ਤੁਸੀਂ ਜਾ ਕੇ ਗੈਸ ਏਜੰਸੀ ਵਾਲਿਆਂ ਤੋਂ ਪਤਾ ਕਰ ਸਕਦੇ ਹੋ, ਇਹਨਾਂ ਨੇ ਭਾਜਪਾ ਵਾਲਿਆਂ ਦੇ ਘਰਾਂ ਦੇ ਵਿੱਚ ਸਿਲੰਡਰ ਪਹੁੰਚਾਏ ਆ ਚੋਰੀ। ਪਤਾ ਨਹੀਂ ਕਿੰਨੇ ਹਜ਼ਾਰ ਸਿਲੰਡਰ ਪਹੁੰਚਾਇਆ ਅਤੇ ਦਿੱਤਾ ਸਿਰਫ ਆਪਦੇ ਭਾਜਪਾ ਦੇ ਲੋਕਾਂ ਨੂੰ ਹੈ, ਜਿਹੜੇ ਕੋਈ ਵਰਕਰਸ ਹੈ, ਜਿਹੜੇ ਇਹਨਾਂ ਦੇ ਆਪਦੇ ਨਿੱਜੀ ਬੰਦੇ ਹੈ ਅਤੇ ਜਿਨ੍ਹਾਂ ਨੂੰ ਐਕਚੁਅਲੀ ਲੋੜ ਹੈ। ਆਹ ਦੇਖੋ ਮੇਰੇ ਮਗਰ ਚੁੱਲ੍ਹਿਆਂ 'ਤੇ ਰੋਟੀ ਬਣਾ ਰਹੇ ਹੈ ਲੋਕ। ਸਰਕਾਰਾਂ ਗੱਲਾਂ ਹੋਰ ਕਰਦੀਆਂ, ਕੰਮ ਹੋਰ ਕਰਦੀਆਂ। ਮੈਂ ਤਾਂ ਕਹਿੰਦੀ ਹਾਂ ਕਿ ਇੱਕ ਵਾਰੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕੈਂਡੀਡੇਟ ਨੂੰ, ਜਿਹੜੇ ਇੱਥੋਂ MLA ਹੈ, ਮੈਨੂੰ ਨਹੀਂ ਪਤਾ ਵੀਰ ਦਾ ਕੀ ਨਾਮ ਹੈ ਜੀ ਉਹਨਾਂ ਦਾ, ਕੁਲਵੰਤ ਸਿੰਘ ਜੀ ਨੂੰ ਮੈਂ ਇਹ ਕਹੂੰਗੀ ਕਿ ਲੋਕਾਂ ਨੇ ਤੁਹਾਨੂੰ ਵੋਟਾਂ ਪਾ ਕੇ ਐਡੀ ਬਹੁਮਤ ਨਾਲ ਜਿਤਾਇਆ, ਜ਼ਮੀਨ 'ਤੇ ਉਤਰ ਕੇ ਜ਼ਰਾ ਲੋਕਾਂ ਦੀ ਰਿਐਲਿਟੀ ਵੇਖੋ ਕਿ ਲੋਕ ਵਿਚਾਰੇ 6-6 ਇੱਕ ਪਰਿਵਾਰ ਦੇ ਜੀ ਗਲੀ ਦੇ ਵਿੱਚ ਬੈਠ ਕੇ ਰੋਟੀ ਬਣਾ ਰਹੇ ਆ। ਪਤਾ ਨਹੀਂ ਤੁਸੀਂ ਕਿੱਥੇ ਵੋਟਾਂ ਲੈ ਕੇ ਗਾਇਬ ਹੋਏ ਵੇ ਹੋ, ਕਿਹੜੇ ਝੂਠੇ ਦਾਅਵੇ ਕਰ ਰਹੇ ਹੋ, ਕਿਹਨੂੰ ਜਵਾਬ ਦੇ ਹੋ। ਦੁਬਾਰਾ ਫਿਰ ਪਤਾ ਨਹੀਂ ਕਿਸ ਮਤਲਬ ਕਿ ਕਿਸ ਤਰ੍ਹਾਂ ਦਾ ਮੂੰਹ ਲੈ ਕੇ ਵੋਟ ਮੰਗਣ ਆ ਜਾਂਦੇ, ਸ਼ਰਮ ਵੀ ਨਹੀਂ ਆਉਂਦੀ ਇਹਨਾਂ ਲੋਕਾਂ ਨੂੰ। ਕੱਲ੍ਹ ਅਰਵਿੰਦ ਕੇਜਰੀਵਾਲ ਜੀ ਵੀ ਪਹੁੰਚੇ ਸਨ, ਪਰਸੋਂ ਅਮਿਤ ਸ਼ਾਹ ਜੀ ਨੇ ਵੀ ਜਿਹੜੀ ਰੈਲੀ ਕੀਤੀ, ਲੱਗਦਾ ਕਿ ਕੋਈ ਫਰਕ ਨਹੀਂ, ਕਿਸੇ ਦਾ ਕੋਈ ਫਰਕ ਨਹੀਂ ਪੈਣਾ। ਵੇਖੋ ਬਿਆਨ ਦੇ ਜਾਓਗੇ, ਵੱਡੀਆਂ ਵੱਡੀਆਂ ਗੱਲਾਂ ਕਰ ਜਾਓਗੇ, ਹਮੇਸ਼ਾ ਹੀ ਕਰ ਜਾਂਦੇ ਹੈ। 2 ਸਾਲ ਪਹਿਲਾਂ ਸਰਕਾਰ ਬਣਾਉਣ ਵੇਲੇ ਵੀ ਇਹਨਾਂ ਨੇ ਬਹੁਤ ਵੱਡੀਆਂ ਗੱਲਾਂ ਕੀਤੀਆਂ, 1000 ਰੁਪਈਆ ਔਰਤਾਂ ਨੂੰ ਦਿਆਂਗੇ, 22 ਫਸਲਾਂ 'ਤੇ MSP ਦਿਆਂਗੇ, ਇੰਪਲੋਇਮੈਂਟ ਦਿਆਂਗੇ, ਇੰਡਸਟਰੀ ਨੂੰ ਆਹ ਦਿਆਂਗੇ, ਸਭ ਝੂਠੀਆਂ ਗੱਲਾਂ, ਲੋਕਾਂ 'ਤੇ ਕੋਈ ਅਸਰ ਨਹੀਂ ਹੋਣ ਲੱਗਾ। ਅਮਿਤ ਸ਼ਾਹ ਜੀ ਇਹ ਵੀ ਕਹਿ ਗਏ ਜੀ ਪੰਜਾਬ ਦੇ ਵਿੱਚ ਨਸ਼ਾ ਬਹੁਤ ਆ, ਸਾਡੀ ਸਰਕਾਰ ਆਉਂਦੀ ਉਹ ਨਸ਼ਾ ਬੰਦ ਕਰ। 10 ਸਾਲ ਹੋ ਗਏ ਸਰਕਾਰ ਆਈ ਨੂੰ, ਗਾਇਬ ਸੀ ਅਮਿਤ ਸ਼ਾਹ ਜੀ, ਇਹ ਕਿਸ ਤਰ੍ਹਾਂ ਦੇ। ਦੇਖੋ ਇਹ ਨਾ ਬੇਤੁਕੇ ਸਵਾਲ ਹੈ, ਇਹ ਕਰੋ ਵੀ ਨਾ, ਬਿਕੋਜ਼ ਇਹਨਾਂ ਲੀਡਰਸ ਨੂੰ ਮੈਨੂੰ ਲੱਗਦਾ ਨਾ ਸੁੱਤੇ ਰਹਿੰਦੇ ਆ, ਜਦੋਂ ਆ ਜਾਂਦੇ ਆ ਸੱਤਾ ਦੇ ਵਿੱਚ ਸੌਂ ਜਾਂਦੇ ਆ ਕੇ, ਅਤੇ ਉਦੋਂ ਬਾਅਦ ਜਦੋਂ ਦੁਬਾਰਾ ਫਿਰ ਵੋਟਾਂ ਆ ਜਾਂਦੀਆਂ ਫਿਰ ਜਾਗ ਜਾਂਦੇ ਆ 2 ਦਿਨ ਵਾਸਤੇ, ਇਹਨਾਂ ਗੱਲਾਂ ਦਾ ਕੋਈ ਤੁੱਕ ਨਹੀਂ ਬਣਦਾ। ਰਵਨੀਤ ਸਿੰਘ ਬਿੱਟੂ ਦੀ ਪਤਨੀ ਕਹਿ ਰਹੀ ਹੈ ਇੱਕ ਵਾਰ ਫਿਰ ਮੌਕਾ ਦਿਓ, ਅਸੀਂ ਲੁਧਿਆਣੇ ਨੂੰ ਬਦਲ ਦਿਆਂਗੇ। ਇਹ ਤਾਂ ਮੈਂ ਵੇਖੋ ਇਸ ਗੱਲ 'ਤੇ ਮੈਂ ਕੋਈ ਬਿਆਨ ਨਹੀਂ ਦੇਣਾ ਚਾਹੁੰਦੀ, ਲੋਕਾਂ ਨੇ 4 ਤਰੀਕ ਨੂੰ ਮੇਰੀ ਭੈਣ ਨੂੰ ਦੱਸ ਦੇਣਾ ਕਿ ਘਰੇ ਬੈਠਣ ਦੀ ਤਿਆਰੀ ਕਰ ਲਓ। ਬਿੱਟੂ ਵੀਰ ਜੀ ਨੇ ਤਾਂ ਆਪਦੇ ਦਾਦਾ ਜੀ ਦੀ ਫੋਟੋ ਹੀ ਉਡਾਤੀ ਸੀ ਪੋਸਟਰ 'ਚੋਂ, ਅੱਜ ਫਿਰ ਦਾਦਾ ਜੀ ਦਾ ਨਾਮ ਯਾਦ ਆ ਗਿਆ। ਦੇਖੋ ਕਦੀ ਪਾਰਟੀਆਂ ਨੂੰ ਵਰਤਣਾ, ਆਪਦੇ ਦਾਦੇ ਨੂੰ ਵੀ ਵਰਤਣ ਲੱਗ ਪਏ ਲੋਕ ਵੋਟਾਂ ਪਿੱਛੇ, ਪਤਾ ਨਹੀਂ ਕਿਸ ਤਰ੍ਹਾਂ ਦਾ ਜ਼ਮੀਰ ਮਰਿਆ ਪਿਆ ਲੋਕਾਂ ਦਾ। ਉਹ ਕਿਸੇ ਮੁੱਦੇ 'ਤੇ ਵੋਟ ਮੰਗ ਨਹੀਂ ਸਕਦੇ ਕਿਉਂਕਿ ਕੀਤਾ ਹੀ ਕੁਛ ਨਹੀਂ 10 ਸਾਲਾਂ ਦੇ ਵਿੱਚ। ਬਿੱਟੂ ਵੀਰ ਜੀ ਨੇ ਤਾਂ ਆਪਦੇ ਦਾਦਾ ਜੀ ਦੀ ਫੋਟੋ ਹੀ ਉਡਾਤੀ ਸੀ ਪੋਸਟਰ 'ਚੋਂ, ਅੱਜ ਫਿਰ ਦਾਦਾ ਜੀ ਦਾ ਨਾਮ ਯਾਦ ਆ ਗਿਆ। ਦੇਖੋ ਕਦੀ ਪਾਰਟੀਆਂ ਨੂੰ ਵਰਤਣਾ, ਆਪਦੇ ਦਾਦੇ ਨੂੰ ਵੀ ਵਰਤਣ ਲੱਗ ਪਏ ਲੋਕ ਵੋਟਾਂ ਪਿੱਛੇ, ਪਤਾ ਨਹੀਂ ਕਿਸ ਤਰ੍ਹਾਂ ਦਾ ਜ਼ਮੀਰ ਮਰਿਆ ਪਿਆ ਲੋਕਾਂ ਦਾ। ਦੇਖੋ ਉਜਵਲਾ ਸਕੀਮ ਦੇ ਵਿੱਚ ਮੋਦੀ ਜੀ ਇਹ ਕਹਿ ਰਹੇ ਹੈ ਕਿ ਮੈਂ ਸਿਲੰਡਰ ਦਿੱਤੇ, ਮੈਂ ਘਰ ਘਰ ਵਿੱਚ ਸਿਲੰਡਰ ਪਹੁੰਚਾਇਆ। ਆਹ ਹੁਣ ਪਿੱਛੇ ਜੇ ਵੀ ਇਹਨਾਂ ਨੇ ਚੋਣ ਜਾਬਤਾ ਲੱਗਣ 'ਤੇ ਨੇੜੇ ਵੀ ਤੁਸੀਂ ਜਾ ਕੇ ਗੈਸ ਏਜੰਸੀ ਵਾਲਿਆਂ ਤੋਂ ਪਤਾ ਕਰ ਸਕਦੇ ਹੋ, ਇਹਨਾਂ ਨੇ ਭਾਜਪਾ ਵਾਲਿਆਂ ਦੇ ਘਰਾਂ ਦੇ ਵਿੱਚ ਸਿਲੰਡਰ ਪਹੁੰਚਾਏ ਆ ਚੋਰੀ। ਪਤਾ ਨਹੀਂ ਕਿੰਨੇ ਹਜ਼ਾਰ ਸਿਲੰਡਰ ਪਹੁੰਚਾਇਆ ਅਤੇ ਦਿੱਤਾ ਸਿਰਫ ਆਪਦੇ ਭਾਜਪਾ ਦੇ ਲੋਕਾਂ ਨੂੰ ਹੈ, ਜਿਹੜੇ ਕੋਈ ਵਰਕਰਸ ਹੈ, ਜਿਹੜੇ ਇਹਨਾਂ ਦੇ ਆਪਦੇ ਨਿੱਜੀ ਬੰਦੇ ਹੈ ਅਤੇ ਜਿਨ੍ਹਾਂ ਨੂੰ ਐਕਚੁਅਲੀ ਲੋੜ ਹੈ। ਆਹ ਦੇਖੋ ਮੇਰੇ ਮਗਰ ਚੁੱਲ੍ਹਿਆਂ 'ਤੇ ਰੋਟੀ ਬਣਾ ਰਹੇ ਹੈ ਲੋਕ। ਸਰਕਾਰਾਂ ਗੱਲਾਂ ਹੋਰ ਕਰਦੀਆਂ, ਕੰਮ ਹੋਰ ਕਰਦੀਆਂ। ਮੈਂ ਤਾਂ ਕਹਿੰਦੀ ਹਾਂ ਕਿ ਇੱਕ ਵਾਰੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕੈਂਡੀਡੇਟ ਨੂੰ, ਜਿਹੜੇ ਇੱਥੋਂ MLA ਹੈ, ਮੈਨੂੰ ਨਹੀਂ ਪਤਾ ਵੀਰ ਦਾ ਕੀ ਨਾਮ ਹੈ ਜੀ ਉਹਨਾਂ ਦਾ, ਕੁਲਵੰਤ ਸਿੰਘ ਜੀ ਨੂੰ ਮੈਂ ਇਹ ਕਹੂੰਗੀ ਕਿ ਲੋਕਾਂ ਨੇ ਤੁਹਾਨੂੰ ਵੋਟਾਂ ਪਾ ਕੇ ਐਡੀ ਬਹੁਮਤ ਨਾਲ ਜਿਤਾਇਆ, ਜ਼ਮੀਨ 'ਤੇ ਉਤਰ ਕੇ ਜ਼ਰਾ ਲੋਕਾਂ ਦੀ ਰਿਐਲਿਟੀ ਵੇਖੋ ਕਿ ਲੋਕ ਵਿਚਾਰੇ 6-6 ਇੱਕ ਪਰਿਵਾਰ ਦੇ ਜੀ ਗਲੀ ਦੇ ਵਿੱਚ ਬੈਠ ਕੇ ਰੋਟੀ ਬਣਾ ਰਹੇ ਆ। ਪਤਾ ਨਹੀਂ ਤੁਸੀਂ ਕਿੱਥੇ ਵੋਟਾਂ ਲੈ ਕੇ ਗਾਇਬ ਹੋਏ ਵੇ ਹੋ, ਕਿਹੜੇ ਝੂਠੇ ਦਾਅਵੇ ਕਰ ਰਹੇ ਹੋ, ਕਿਹਨੂੰ ਜਵਾਬ ਦੇ ਹੋ। ਦੁਬਾਰਾ ਫਿਰ ਪਤਾ ਨਹੀਂ ਕਿਸ ਮਤਲਬ ਕਿ ਕਿਸ ਤਰ੍ਹਾਂ ਦਾ ਮੂੰਹ ਲੈ ਕੇ ਵੋਟ ਮੰਗਣ ਆ ਜਾਂਦੇ, ਸ਼ਰਮ ਵੀ ਨਹੀਂ ਆਉਂਦੀ ਇਹਨਾਂ ਲੋਕਾਂ ਨੂੰ। ਕੱਲ੍ਹ ਅਰਵਿੰਦ ਕੇਜਰੀਵਾਲ ਜੀ ਵੀ ਪਹੁੰਚੇ ਸਨ, ਪਰਸੋਂ ਅਮਿਤ ਸ਼ਾਹ ਜੀ ਨੇ ਵੀ ਜਿਹੜੀ ਰੈਲੀ ਕੀਤੀ, ਲੱਗਦਾ ਕਿ ਕੋਈ ਫਰਕ ਨਹੀਂ, ਕਿਸੇ ਦਾ ਕੋਈ ਫਰਕ ਨਹੀਂ ਪੈਣਾ। ਵੇਖੋ ਬਿਆਨ ਦੇ ਜਾਓਗੇ, ਵੱਡੀਆਂ ਵੱਡੀਆਂ ਗੱਲਾਂ ਕਰ ਜਾਓਗੇ, ਹਮੇਸ਼ਾ ਹੀ ਕਰ ਜਾਂਦੇ ਹੈ।
2 ਸਾਲ ਪਹਿਲਾਂ ਸਰਕਾਰ ਬਣਾਉਣ ਵੇਲੇ ਵੀ ਇਹਨਾਂ ਨੇ ਬਹੁਤ ਵੱਡੀਆਂ ਗੱਲਾਂ ਕੀਤੀਆਂ, 1000 ਰੁਪਈਆ ਔਰਤਾਂ ਨੂੰ ਦੇਵਾਂਗੇ, 22 ਫਸਲਾਂ 'ਤੇ MSP ਦੇਵਾਂਗੇ, ਇੰਪਲੋਇਮੈਂਟ ਦੇਵਾਂਗੇ, ਇੰਡਸਟਰੀ ਨੂੰ ਆਹ ਦੇਵਾਂਗੇ, ਸਭ ਝੂਠੀਆਂ ਗੱਲਾਂ, ਲੋਕਾਂ 'ਤੇ ਕੋਈ ਅਸਰ ਨਹੀਂ ਹੋਣ ਲੱਗਿਆ। ਅਮਿਤ ਸ਼ਾਹ ਜੀ ਇਹ ਵੀ ਕਹਿ ਗਏ ਜੀ ਪੰਜਾਬ ਦੇ ਵਿੱਚ ਨਸ਼ਾ ਬਹੁਤ ਆ, ਸਾਡੀ ਸਰਕਾਰ ਆਉਂਦੀ ਉਹ ਨਸ਼ਾ ਬੰਦ ਕਰ। 10 ਸਾਲ ਹੋ ਗਏ ਸਰਕਾਰ ਆਈ ਨੂੰ, ਗਾਇਬ ਸੀ ਅਮਿਤ ਸ਼ਾਹ ਜੀ, ਇਹ ਕਿਸ ਤਰ੍ਹਾਂ ਦੇ? ਦੇਖੋ ਇਹ ਨਾ ਬੇਤੁਕੇ ਸਵਾਲ ਹੈ, ਇਹ ਕਰੋ ਵੀ ਨਾ, ਬਿਕੋਜ਼ ਇਹਨਾਂ ਲੀਡਰਸ ਨੂੰ ਮੈਨੂੰ ਲੱਗਦਾ ਨਾ ਸੁੱਤੇ ਰਹਿੰਦੇ ਆ, ਜਦੋਂ ਆ ਜਾਂਦੇ ਆ ਸੱਤਾ ਦੇ ਵਿੱਚ ਸੌ ਜਾਂਦੇ ਆ ਕੇ, ਅਤੇ ਉਦੋਂ ਬਾਅਦ ਜਦੋਂ ਦੁਬਾਰਾ ਫਿਰ ਵੋਟਾਂ ਆ ਜਾਂਦੀਆਂ ਫਿਰ ਜਾਗ ਜਾਂਦੇ ਆ 2 ਦਿਨ ਵਾਸਤੇ, ਇਹਨਾਂ ਗੱਲਾਂ ਦਾ ਕੋਈ ਤੁੱਕ ਨਹੀਂ ਬਣਦਾ। ਰਵਨੀਤ ਸਿੰਘ ਬਿੱਟੂ ਦੀ ਪਤਨੀ ਕਹਿ ਰਹੀ ਹੈ ਇੱਕ ਵਾਰ ਫਿਰ ਮੌਕਾ ਦਿਓ, ਅਸੀਂ ਲੁਧਿਆਣੇ ਨੂੰ ਬਦਲ ਦਿਆਂਗੇ। ਇਹ ਤਾਂ ਮੈਂ ਵੇਖੋ ਇਸ ਗੱਲ 'ਤੇ ਮੈਂ ਕੋਈ ਬਿਆਨ ਨਹੀਂ ਦੇਣਾ ਚਾਹੁੰਦੀ, ਲੋਕਾਂ ਨੇ 4 ਤਰੀਕ ਨੂੰ ਮੇਰੀ ਭੈਣ ਨੂੰ ਦੱਸ ਦੇਣਾ ਕਿ ਘਰੇ ਬੈਠਣ ਦੀ ਤਿਆਰੀ ਕਰ ਲਓ। ਬਿੱਟੂ ਵੀਰ ਜੀ ਨੇ ਤਾਂ ਆਪਦੇ ਦਾਦਾ ਜੀ ਦੀ ਫੋਟੋ ਹੀ ਉਡਾਤੀ ਸੀ ਪੋਸਟਰ 'ਚੋਂ, ਅੱਜ ਫਿਰ ਦਾਦਾ ਜੀ ਦਾ ਨਾਮ ਯਾਦ ਆ ਗਿਆ। ਦੇਖੋ ਕਦੀ ਪਾਰਟੀਆਂ ਨੂੰ ਵਰਤਣਾ, ਆਪਦੇ ਦਾਦੇ ਨੂੰ ਵੀ ਵਰਤਣ ਲੱਗ ਪਏ ਲੋਕ ਵੋਟਾਂ ਪਿੱਛੇ, ਪਤਾ ਨਹੀਂ ਕਿਸ ਤਰ੍ਹਾਂ ਦਾ ਜ਼ਮੀਰ ਮਰਿਆ ਹੋਇਆ ਲੋਕਾਂ ਦਾ। ਉਹ ਕਿਸੇ ਮੁੱਦੇ 'ਤੇ ਵੋਟ ਮੰਗ ਨਹੀਂ ਸਕਦੇ ਕਿਉਂਕਿ ਕੀਤਾ ਹੀ ਕੁਛ ਨਹੀਂ 10 ਸਾਲਾਂ ਦੇ ਵਿੱਚ।